ਸਾਡੇ ਬਹੁਤ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਸੀਗੀਆਂ ਅਤੇ ਅੱਜ ਜਿਹੜੀ ਹੈ ਕਿ ਅੱਜ ਇਹ ਚੋਰ ਸੀ ਪਕੜਿਆ ਅਤੇ ਪਕੜਨ ਤੋਂ ਬਾਅਦ ਜਦੋਂ ਉਹਨੂੰ ਥੋੜ੍ਹਾ ਪੁੱਛਗਿੱਛ ਕੀਤੀ ਤਾਂ ਇਹਨੇ ਕਬੂਲਿਆ ਕਿ ਅੱਜ ਇਹ ਸਾਡੇ ਘਰੇ ਪੰਜਵੀਂ ਚੋਰੀ ਕਰ ਰਿਹਾ ਸੀਗਾ। ਸਾਡੇ ਗਡਾਊਨ 'ਚੋਂ ਸਮਾਨ ਲਗਾਤਾਰ ਨਿਕਲ ਰਿਹਾ ਸੀਗਾ, ਲਗਾਤਾਰ ਨਿਕਲ ਰਿਹਾ ਸੀਗਾ। ਇੱਕ ਦਿਨ ਇਹ CCTV ਕੈਮਰੇ ਦੀ ਰਿਕਾਰਡਿੰਗ 'ਚ ਵੀ ਆਇਆ, ਪਰ ਅਸੀਂ ਇਹਦੀ ਸ਼ਕਲ ਨੂੰ ਲੱਭਦੇ ਰਹੇ ਪਰ ਸਾਨੂੰ ਇਹ ਲੱਭਿਆ ਨਹੀਂ। ਉਸ ਤੋਂ ਬਾਅਦ ਅੱਜ ਜਦੋਂ ਪਕੜਿਆ ਗਿਆ ਤਾਂ ਇਹਨੇ ਕਬੂਲਿਆ ਕਿ ਮੈਂ ਇੱਥੋਂ ਅੱਜ ਪੰਜਵੀਂ ਚੋਰੀ ਕਰਨ ਆਇਆ ਔਰ ਇੱਕ ਕਬਾੜੀਆਂ ਨੂੰ ਸਮਾਨ ਵੇਚਦਾ ਜਾ ਕੇ। ਹਜੇ ਤੀਕਰ ਇਹ ਬੰਦਾ ਸਾਡੇ ਕੋਲੋਂ ਕਰੀਬਨ ਕਰੀਬਨ ਇਹ 2 ਲੱਖ ਦੀ ਚੋਰੀ ਜਿਹੜੀ ਇਹ ਕਰ ਚੁੱਕਿਆ, ਲਿਜਾ ਚੁੱਕਿਆ ਸਮਾਨ ਚੋਰੀ ਕਰਕੇ। ਅੱਛਾ, ਕਿੰਨੇ ਸਮੇਂ ਤੋਂ ਤੁਹਾਡੀਆਂ ਚੋਰੀਆਂ ਹੁੰਦੀਆਂ ਆ ਰਹੀਆਂ, ਤੁਹਾਨੂੰ ਅੱਜ ਕਿਵੇਂ ਪਤਾ ਲੱਗਿਆ? ਅਸੀਂ ਚੌਂਕੀ 'ਚ ਵੀ ਇਤਲਾਹ ਕੀਤੀ ਹੋਈ ਹੈ, ਚੌਂਕੀ 'ਚ ਇਤਲਾਹ ਕੀਤੀ ਹੈ। ਚੌਂਕੀ ਨੇ ਇੱਕ ਵਾਰੀ ਇਹਨੂੰ ਅਰੈਸਟ ਵੀ ਕੀਤਾ ਸੀਗਾ, ਚੌਂਕੀ ਨੇ ਇਹਨੂੰ ਇੱਕ ਵਾਰੀ ਅਰੈਸਟ ਕੀਤਾ। ਇਹਨੇ ਉੱਥੇ ਸਾਡੀ ਇੱਕ ਚੋਰੀ ਕਬੂਲੀ ਸੀਗੀ ਚੌਂਕੀ ਦੇ ਵਿੱਚ ਵੀ ਇਹਨਾਂ ਦਾ ਮੈਂ ਕੂਲਰ ਚੱਕਿਆ। ਉਸ ਤੋਂ ਬਾਅਦ ਇਹ ਚੌਂਕੀ ਤੋਂ ਪਤਾ ਨਹੀਂ ਕਿਵੇਂ ਛੱਡਿਆ ਗਿਆ, ਮੈਨੂੰ ਨਹੀਂ ਪਤਾ ਇਹ ਕਿਵੇਂ ਛੱਡਿਆ ਗਿਆ। ਉਸ ਤੋਂ ਬਾਅਦ ਜਦੋਂ ਅੱਜ ਚੋਰੀ ਹੋਈ ਹੈ, ਜਦੋਂ ਇਹ ਅੱਜ ਸਾਡੇ ਹੱਥੇ ਚੜਿਆ, ਫਿਰ ਇਹਨੇ ਕਬੂਲਿਆ ਕਿ ਤੁਹਾਡੇ ਅਸੀਂ 5 ਚੋਰੀਆਂ ਕੀਤੀਆਂ। ਮੈਂ 20,000 ਦਾ 15,000 ਕਰਕੇ ਸਮਾਨ 2 ਕਬਾੜੀਆਂ ਨੂੰ ਵੇਚਿਆ। ਕੋਈ ਇੱਕ ਬੂੜਾ ਗੁੱਜਰ ਰੋਡ 'ਤੇ ਹੈ, ਇੱਕ ਗੁਨਿਆਣਾ ਰੋਡ 'ਤੇ ਹੈ, ਅਤੇ ਲਗਾਤਾਰ ਇਹ ਤਕਰੀਬਨ 2-2.5 ਮਹੀਨਿਆਂ ਤੋਂ ਚੋਰੀਆਂ ਹੁੰਦੀਆਂ ਨੇ। ਕਾਹਦਾ ਸਮਾਨ, ਕੀ ਕੀ ਚੋਰੀ ਹੋਇਆ? ਸਾਡੇ ਗਾਡਰ ਜਿਹੜੇ ਸਾਡੇ ਕੀ ਹੁਣ ਸਾਡਾ ਕੰਮ ਚੱਲ ਰਿਹਾ, ਸਾਈਡ ਦਾ ਕੰਮ ਚੱਲ ਰਿਹਾ, ਗਾਡਰ ਹੈ, ਸਰੀਏ ਹੈ, ਐਂਗਲਾਂ ਪਈਆਂ, ਪੱਤੀਆਂ ਪਈਆਂ। ਜਿਹੜਾ ਹੁਣ ਤੁਸੀਂ ਦੇਖ ਲਓ ਵੀ ਲੋਹਾ ਕਿੰਨਾ ਮਹਿੰਗਾ ਹੁੰਦਾ, ਲੋਹਾ ਚੱਕ ਚੱਕ ਕੇ ਲਿਆਉਂਦਾ, ਇਹ ਪਿਛਲੇ ਪਾਸੇ ਲਿਆ ਕੇ ਇਹ ਉੱਥੇ ਰੇੜਾ ਲਾ ਲੈਂਦਾ, ਰੇੜੇ 'ਤੇ ਚੱਕ ਕੇ ਭਰ ਕੇ ਲੈ ਜਾਂਦਾ। ਕਿੰਨੇ ਤੁਹਾਨੂੰ ਅੱਜ ਕਿਵੇਂ ਪਤਾ ਲੱਗਿਆ ਕਿੰਨੇ ਜਣੇ ਹੁੰਦੇ ਆ ਟੋਟਲ? ਅੱਜ ਇਹ ਦੱਸਣ ਦੇ ਮੁਤਾਬਕ ਕਹਿ ਰਿਹਾ ਕਿ ਮੈਂ ਇਕੱਲਾ। ਅੱਜ ਜਦੋਂ ਅਸੀਂ CCTV ਅੱਜ ਜਿਹੜਾ ਅਸੀਂ ਸਮਾਨ ਇਹਨੇ ਚੱਕਿਆ ਨਾ, ਤਾਂ ਸਾਨੂੰ ਸੜਕ ਦੇ ਉੱਤੇ ਪਿਆ ਸਮਾਨ ਮਿਲਿਆ, 2 ਐਂਗਲਾਂ ਸਾਨੂੰ ਮਿਲ ਗਈਆਂ ਸੜਕ 'ਤੇ ਪਈਆਂ। ਸਾਨੂੰ ਗੁਆਂਢ ਵਾਲੇ ਦੱਸਿਆ ਵੀ ਤੁਹਾਡੀਆਂ ਐਂਗਲਾਂ ਇੱਥੇ ਪਈਆਂ। ਜਦੋਂ ਅਸੀਂ ਪਤਾ ਕੀਤਾ ਵੀ ਇਹ ਕਿੱਦਾਂ, ਫਿਰ ਉੱਥੋਂ ਪਤਾ ਲੱਗਿਆ ਕਿ ਇਹ ਭੱਜਿਆ। ਉੱਥੇ ਕੁਝ ਲੋਕਾਂ ਨੇ ਦੱਸਿਆ ਕਿ ਫਲਾਨਾ ਫਲਾਨਾ ਬੰਦਾ ਉੱਥੇ ਨਹੁਰੇ 'ਚ ਰਹਿੰਦਾ, ਵੀ ਉਹਨੇ ਸਮਾਨ ਚੱਕਿਆ। ਫਿਰ ਅਸੀਂ ਇਹਦੀ ਪੜਤਾਲ ਕੀਤੀ ਅਤੇ ਸਾਨੂੰ ਇਹ ਕੋਟਰੀ ਰੋਡ 'ਤੇ ਬੰਦਾ ਸਾਨੂੰ ਮਿਲ ਗਿਆ, ਉੱਥੋਂ ਅਸੀਂ ਇਹਨੂੰ ਪਕੜ ਕੇ ਲਿਆ। ਮੈਨੂੰ ਤਾਂ ਬਹੁਤ ਚਿਰ ਹੋ ਗਈ ਚੋਰੀਆਂ ਕਰਦੇ ਨੂੰ। ਅੱਜ ਕੀ ਕੀ ਚੋਰੀ ਕੀਤਾ, ਕਿੰਨੇ ਦਾ ਸਮਾਨ ਚੋਰੀ ਕੀਤਾ, ਕਿੱਥੇ ਵੇਚਿਆ? ਅੱਜ ਜੀ ਗੋਨਾ ਰੋਡ 'ਤੇ ਵੇਚਿਆ ਜੀ, ਪੌੜੀਆਂ ਚੋਰੀਆਂ ਕੀਤੀਆਂ ਸੀ ਜੀ। ਕਿਹੜੇ ਕਬਾੜੀਆਂ ਨੂੰ ਵੇਚੀਆਂ? ਉਹ ਜਿਹੜੀ ਪੌੜੀਆਂ ਨਹੀਂ ਜੀ ਹੁੰਦੀ, ਜਿਹੜੀ ਛੋਟੀਆਂ ਜੀ ਇੱਥੋਂ। ਕਿਹੜੇ ਕਬਾੜੀਆਂ ਵਿੱਚ? 10-10 ਫੁੱਟ ਦੀ। ਕਿਹੜੇ ਕਬਾੜੀਆਂ ਨੂੰ ਵੇਚਿਆ, ਕਦੋਂ ਤੋਂ ਚੋਰੀਆਂ ਕਰਦਾ ਆ ਰਿਹਾ ਤੂੰ? ਮੈਨੂੰ ਬਹੁਤ ਚਿਰ ਹੋ ਗਿਆ ਜੀ, ਲੱਜੋ ਨੂੰ ਵੇਚਿਆ ਜੀ। ਇਹ ਕਿੱਥੋਂ ਦਾ ਰਹਿਣ ਵਾਲਾ? ਇਹ ਗੋਨਾ ਰੋਡ 'ਤੇ। ਇੱਕੋ ਕਬਾੜੀਆਂ ਜਾਂ ਹੋਰਾਂ ਨੂੰ ਵੀ ਵੇਚਦੇ ਹੋ? ਹੋਰਾਂ ਨੂੰ ਵੀ। ਉਹ ਕੀ ਨਾਮ ਆ ਉਹਨਾਂ ਦਾ? ਜੀ ਇੱਕ ਦਾ ਆਂਟੀ ਦਾ ਨਾਂ ਨਹੀਂ ਜਾਂਦਾ ਜੀ, ਠੀਕ ਹੈ ਜੀ। ਅੱਛਾ, ਅਤੇ ਇੱਕ ਦਾ ਕਾਲਾ ਨਾਂ। ਉਹ ਕਿੱਥੋਂ ਦਾ? ਉਹ ਬੜਾ ਗੁਜਰ। ਕਿੰਨੇ ਦਾ ਵੇਚਿਆ ਅੱਜ ਸਮਾਨ ਜਿਹੜਾ ਉਹਨਾਂ ਨੂੰ? 20,000 ਦਾ ਵੇਚਿਆ ਜੀ। ਕੀ ਕਾਰਨ ਆ, ਜਿਹੜਾ ਪਰਿਵਾਰ ਤੁਹਾਡਾ ਕੀ ਕਰਦਾ, ਚੋਰੀਆਂ ਕਰਦੇ ਹੋ ਜਿਹੜੇ ਤੁਸੀਂ? ਬਈ ਕਰਦੇ ਮਤਲਬ ਹੀ ਨਹੀਂ ਰੱਖਦੇ ਮੇਰੇ ਨਾਲ, ਮਤਲਬ ਬੇਦਖਲ ਕੀਤਾ ਹੋਇਆ ਕਰਦਿਆਂ ਨੇ, ਅਤੇ ਮੈਂ ਜੀ ਚਿੱਟਾ ਚੁੱਟਾ ਲਾਉਂਦਾ ਜੀ ਵਾਲਾ, ਤਾਂ ਕਰਕੇ ਮੈਨੂੰ ਚੋਰੀਆਂ ਕਰਨੀਆਂ ਪੈਂਦੀ। ਹੁਣ ਤੱਕ ਕਿੰਨੇ ਕੁ ਦਾ ਸਮਾਨ ਚੋਰੀਆਂ ਕਰ ਚੁੱਕੇ ਹੋ? ਹੋ ਗਏ ਜੀ
ਘੱਟੋ ਘੱਟ ਲੱਖ ਡੇਢ ਲੱਖ ਦਾ। ਇਹਨਾਂ ਦੋਨਾਂ ਕੁਆੜੀਆਂ ਨੂੰ ਵੇਚਿਆ ਜਾਂ ਹੋਰਾਂ ਨੂੰ ਵੀ ਵੇਚਿਆ? ਇਸ ਘਰ ਚੋਂ ਚੋਰੀ ਕੀਤੀ ਹੈ ਕਿ ਕਿਤੇ ਹੋਰੋਂ ਵੀ ਕੀਤੀ ਹੈ? ਇੱਥੇ ਹੀ ਕੀਤੀ ਹੈ ਜੀ। ਸਾਰੀ ਇਹਨਾਂ ਦੇ ਸਮਾਨ ਵੇਚਿਆ ਤੂੰ? ਹਾਂਜੀ। ਕਿੰਨੇ ਵਾਰੀ ਚੋਰੀਆਂ ਕੀਤੀਆਂ ਇਸ ਘਰ 'ਚ? ਪੰਜ ਵਾਰੀ ਜੀ।